नमस्कार, आप देख रहे हैं ऑल इंडिया 24 न्यूज। आज भटारा से ताजा खबर आई है, जहां सरकार की तरफ से प्रवासी मजदूरों को उनके घर पहुंचाने का कार्य किया जा रहा है। कुल 48 मजदूर हैं, जिनमें से अभी तक 22 मजदूर संपर्क में आए हैं। इन्हें भटारा से अमृतसर बस द्वारा भेजा जाएगा और आगे यूपी अमेठी अपने अपने घर ट्रेन से भेजा जाएगा। सरकार की तरफ से 4 बसों का इंतजाम किया गया है। एक बस में 25 से 30 व्यक्ति एक बार में भेजे जाएंगे। दो दो करके बसें भटारा से अमृतसर तक जाएंगी और आगे मजदूर ट्रेन से अपने अपने घर जाएंगे। मजदूरों के लिए सरकार की तरफ से खाने पीने का सामान भी मुहैया करवाया जाएगा। सभी मजदूरों की डॉक्टरी जांच भी की गई है। जिस भी मजदूर को बुखार व जुकाम की तकलीफ होगी, उनका इलाज करवाकर फिर आगे भेजा जाएगा। रिपोर्टर नरेश संगोत्रा के साथ ऑल इंडिया 24 न्यूज। लेटेस्ट न्यूज के लिए हमारे चैनल को लाइक और सब्सक्राइब करें। ਜਿਹੜੇ ਪ੍ਰੈਜੈਂਟ ਨੇ ਇਸ ਵੇਲੇ ਸਾਡੇ ਕੋਲ 22 ਨੇ। ਇੱਥੋਂ ਬਟਾਲੇ ਤੋਂ ਅੰਮ੍ਰਿਤਸਰ ਤੱਕ ਅਸੀਂ ਇਹਨਾਂ ਨੂੰ ਬੱਸਾਂ 'ਤੇ ਲੈ ਕੇ ਜਾਵਾਂਗੇ ਅਤੇ ਅੱਗੋਂ ਇਹ ਜਿਹੜਾ ਵੈਸਟ ਬੰਗਾਲ ਟ੍ਰੇਨ 'ਤੇ ਜਾਣਗੇ। ਦੂਸਰੇ ਰਾਜ ਦੇ ਵਿੱਚ ਸਾਡੇ ਕੋਲ ਅਮੇਠੀ ਵਾਸਤੇ ਯੂਪੀ ਵਾਸਤੇ 41 ਪਰਸਨ ਨੇ, ਉਹਨਾਂ 'ਚੋਂ 28 ਹਾਜ਼ਰ ਹੋਏ ਨੇ ਹੁਣ ਤੱਕ। ਹੋਰ ਵੀ ਜਿੰਨੇ ਆਉਂਦੇ ਨੇ ਉਹ 10 ਬੰਦੇ ਹੋਰ ਹੈਗੇ ਨੇ ਸਾਡੇ ਕੋਲ ਬਾਹਰ, ਜਿੰਨਾ ਦੇ ਪ੍ਰੋਸੈਸ਼ਨ ਆਈ ਹੋਈ ਆ। ਉਹਨਾਂ ਨੂੰ ਵੀ ਅਸੀਂ ਜੇ ਘੱਟ ਯਾਤਰੀ ਆਉਣਗੇ ਨਾ ਵੀ ਚਲੋ ਉਹਨਾਂ ਨੂੰ ਵੀ ਨਾਲ ਲੈ ਜਾ ਕੇ ਮਤਲਬ ਪੂਰੇ ਕਰਕੇ ਖੜਾਂਗੇ ਅਸੀਂ। ਸੋ ਸਰਕਾਰ ਵੱਲੋਂ ਇਹ ਜਿਹੜਾ ਉਪਰਾਲਾ ਹੈ, 4 ਬੱਸਾਂ, 2 ਬੱਸਾਂ ਪਹਿਲਾਂ ਜਾਣਗੀਆਂ, 2 ਬਾਅਦ ਵਿੱਚ। ਪਹਿਲੀਆਂ ਬੱਸਾਂ ਦੇ ਵਿੱਚ ਜੇ ਸਾਡੇ ਕੋਲ 25 ਯਾਤਰੀਆਂ ਤੋਂ ਘੱਟ ਰਹੇ ਫਿਰ ਅਸੀਂ ਇੱਕੋ ਹੀ ਬੱਸ ਖੜਾਂਗੇ, ਕਿਉਂਕਿ ਮਤਲਬ 25 ਤੋਂ 30 ਦੇ ਜਿਹੜੇ ਪਰਸਨ ਨੇ ਉਹ ਇੱਕ ਬੱਸ ਵਿੱਚ ਜਾ ਸਕਦੇ ਆ। ਸੋ ਪਹਿਲੇ ਵਿੱਚ 22 ਨੇ ਵੀ ਕੋਸ਼ਿਸ਼ ਕਰ ਰਹੇ ਹਾਂ ਵੀ ਇੱਕ ਬੱਸ ਅਸੀਂ ਨਾ ਖੜੀਏ, ਸਿਰਫ ਇੱਕ ਬੱਸ ਹੀ ਜਾਏਗੀ 22 ਲੈ ਕੇ। ਇਹਨਾਂ ਨੂੰ ਮਹਿਕਮੇ ਵੱਲੋਂ, ਮੰਡੀਕਰਨ ਬੋਰਡ ਵੱਲੋਂ ਪ੍ਰਤੀ ਵਿਅਕਤੀ 6-6 ਕਿੱਲੇ ਨੇ। ਫੂਡ ਸਪਲਾਈ ਮਹਿਕਮੇ ਵੱਲੋਂ ਕਿੱਟਾਂ ਨੇ ਆਪਣਾ, ਉਹਦੇ ਵਿੱਚ ਸਾਰਾ ਕਾਫੀ ਸਮਾਨ ਆ ਵੱਖ ਵੱਖ ਪਾਇਆ, ਉਹਦੇ ਵਿੱਚ ਚਿੜਵਰੇ ਵਗੈਰਾ, ਛੋਲੇ ਵਗੈਰਾ, ਅਤੇ ਦੂਸਰਾ ਨਾਲ ਪਾਣੀ ਦੀ ਬੋਤਲ ਹੈ 2-2 ਲੀਟਰ ਦੀ, ਉਹ ਸਾਰਾ ਪੂਰਾ ਸਮਾਨ ਮੁਹੱਈਆ ਕਰਵਾਇਆ ਜਾ ਰਿਹਾ। ਸਰ ਇਹ ਬੱਸਾਂ ਅੰਮ੍ਰਿਤਸਰ ਤੱਕ ਜਾਣਗੀਆਂ ਜੀ? ਅੰਮ੍ਰਿਤਸਰ ਤੱਕ ਜਾਣਗੀਆਂ ਜੀ। ਅੰਮ੍ਰਿਤਸਰ ਤੋਂ ਸਾਡੇ ਬੰਦੇ ਜਿਹੜੇ ਨੇ ਉੱਥੇ ਇਹਨਾਂ ਦਾ ਟਿਕਟਾਂ ਦਾ ਪ੍ਰਬੰਧ ਕਰਕੇ, ਨਾਲ ਸਾਡੇ ਮਾਲ ਮਹਿਕਮੇ ਦੇ ਪਟਵਾਰੀ ਜਿਹੜੇ ਨੇ ਉਹ ਨਾਲ ਜਾ ਰਹੇ ਨੇ, ਇੱਕ ਇੱਕ ਬੱਸ ਦੇ ਨਾਲ ਇੱਕ ਜਣਾ, ਉਹ ਉੱਥੇ ਉਹਨਾਂ ਨੂੰ ਹੈਂਡਓਵਰ ਕਰਾਉਣਗੇ। ਉੱਥੇ ਜਾ ਕੇ ਉੱਥੇ ਟਿਕਟਾਂ ਦਾ ਪ੍ਰਬੰਧ ਕਰਕੇ ਇਹਨਾਂ ਨੂੰ ਪੂਰਾ ਉੱਥੇ ਵੱਖ ਵੱਖ ਡੱਬਿਆਂ ਦੇ ਵਿੱਚ ਜਿੱਥੇ ਜਿੱਥੇ ਲਾਟ ਹੋਣਗੇ ਉੱਥੇ ਇਹਨਾਂ ਨੂੰ ਪੂਰੀ ਤਰ੍ਹਾਂ ਭਾ ਕੇ ਫਿਰਾਉਣਗੇ। ਸਰ ਜਿਹੜੇ ਪ੍ਰਵਾਸੀ ਮਜ਼ਦੂਰ ਜਾ ਰਹੇ ਨੇ, ਇਹਨਾਂ ਦਾ ਮੈਡੀਕਲ ਵਗੈਰਾ ਪ੍ਰੋਪਰ ਹੋ ਚੁੱਕਾ ਹੈ ਜੀ? ਮੈਡੀਕਲ ਕੁਛ ਲੋਕਾਂ ਦਾ ਹੋ ਚੁੱਕਾ, ਕੁਛ ਜਿੱਦਾਂ ਮੈਡੀਕਲ ਚੱਲ ਰਿਹਾ ਆ, ਉਹ ਟੀਮ ਸਾਡੇ ਕੋਲ ਬੈਠੀ ਆ, ਉਹ ਮੈਡੀਕਲ ਕਰਾਉਣ ਤੋਂ ਬਾਅਦ ਹੀ ਸਾਰੇ ਅਸੀਂ ਲੈ ਕੇ ਜਾਵਾਂਗੇ ਜੀ। ਇਨ ਕੇਸ ਇਹਨਾਂ ਦੇ ਵਿੱਚ ਕੋਈ ਵੀ ਯਾਨੀ ਕਿ ਜਿਹਨੂੰ ਆਪਣੇ ਫੀਵਰ ਵਗੈਰਾ ਆਉਂਦਾ ਹੈ ਕੁਛ, ਉਹਨੂੰ ਵੀ ਅਸੀਂ ਨਾਲ ਭੇਜਾਂਗੇ ਜਾਂ ਉਹਦਾ ਟ੍ਰੀਟਮੈਂਟ ਵਗੈਰਾ? ਜਿਹਨੂੰ ਮੈਡੀਕਲ ਵਾਸਤੇ ਅਨਫਿਟ ਕਰੇਗੀ ਡਾਕਟਰਾਂ ਦੀ ਟੀਮ, ਉਹਨੂੰ ਨਹੀਂ ਅਸੀਂ ਨਹੀਂ ਭੇਜਾਂਗੇ। ਮੇਰਾ ਨਾਮ ਮੁਖਤਾਰ ਹੈ। ਕਹਾਂ ਕੇ ਰਹਿਣੇ ਵਾਲੇ ਹੈ? ਇਹੀ ਹੈ ਬਟਾਲੇ ਕੇ ਸਰਾਫਾ ਵਾਲੇ ਬਾਜ਼ਾਰ ਮੇਂ ਰਹਿਣੇ ਵਾਲਾ ਹੂੰ ਔਰ ਬੰਗਾਲ ਮੇਂ ਜਾਣਾ ਹੈ, ਵੈਸਟ ਬੰਗਾਲ, ਹੁਗਲੀ ਡਿਸਟ੍ਰਿਕਟ ਹੈ ਹਮਾਰਾ। काफ़ी देर से हम ट्राई कर रहे थे घर जाने के लिए, जो कि ट्रेन बस कुछ भी नहीं चल रहा था। बहुत मुश्किल के बाद आप लोगों ने जो भी तैयार किया हमारे लिए, हम अब फिलहाल घर जा सकते हैं। बस आप सरकार का भी शुक्रगुजार हूँ जो काफ़ी देर बाद हमें घर भेज रहा है, और आपके यहाँ से भी कुछ खाने पीने के काफ़ी सामान मिले जो कि रास्ते में हमें बहुत काम आएंगे। बाकी आप लोगों का सब धन्यवाद है। देखिए वैसे तो पिछले 2 महीने से जो लॉकडाउन चल रहा है जी, काम वगैरह बिल्कुल बंद थे जी जी, अब उम्मीद है कि आगे काम खुल जाएंगे जी जी। आप इस समय में घर पे जा रहे हैं? नहीं, हमें तो उम्मीद है घर लगता है खुल जाएंगे, लेकिन काम ऐसी तरह से पूरी तरह से काम नहीं चल रहा है बाजार में, हमें दिक्कत हो रहा है। घर से हमें बुला रहे हैं कि घर आ जाओ, इससे अच्छा हम गाँव में रहेंगे तो कुछ खा पी उधर भी सकते हैं इधर। हाँ जी, दोबारा पंजाब में आऊँगा, आऊँगा काम तो इधर करता हूँ, आऊँगा ज़रूर, लेकिन फ़िलहाल हम घर ही जाना चाहते हैं। जो पंजाब प्रशासन की तरफ से सुविधाएं मुहैया बहुत अच्छी हैं, आप उनसे खुश हैं? बहुत खुश है जी, बहुत बहुत बढ़िया है। दूसरे स्टेट से यहाँ पंजाब में काफ़ी अच्छा हुआ। मैंने काफ़ी बेंगलोर वगैरह में भी देखा है, उनका बहुत मुश्किल चल रहा है। हमने कुछ दिन पहले ही फॉर्म भरे थे, 4-5 दिन 6 दिन पहले, बस हमारा नंबर लग गया पहले ही। अमृतसर से हम जा रहे हैं बंगाल के लिए, जो कि आज ट्रेन छोड़ देगा। बोलो मल्लिक, कहाँ के रहने वाले हैं? पश्चिम बंगाल। पश्चिम बंगाल, यहाँ पे आज क्या कर रहे हैं? यहाँ पे काम करना है,
काम करने में आया है इधर। काम करने के लिए आए थे? काम करने के लिए। ठीक है, अभी घर की वापसी? हाँ, घर की वापसी। कैसा लग रहा है आपको? अच्छा है, क्योंकि जो हमने देखा है बहुत ज़्यादा स्ट्रगल करने के बाद आज वो घड़ी आ गई है कि आप अपने घर पे जा रहे हैं। हाँ, घर पे जा रहा हूँ।